ਉਹ ਕੱਲਾ ਵਜ਼ੀਰ ਮੁੱਖ ਮੰਤਰੀ ਦੀ ਗੱਡੀ ਨੂੰ ਹੱਥ ਨਹੀਂ ਲਾ ਸਕਿਆ, ਜਾਂ ਲਾਲ ਧਨ, ਮੈਨੂੰ ਤਾਂ ਲੱਗਦਾ ਸ਼ਰਮ ਆਉਂਦੀ ਹੈ। ਕੀ ਪੱਲੇ ਰਹਿ ਗਿਆ ਕਰਾਣੇ ਸੋਢੀ ਦੇ ਕੱਲ? ਇਹ ਰਾਜਾ ਵੜਿੰਗ, ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲਾ ਕਾਹਦਾ ਰਾਜਾ? ਮੈਂ ਲੱਗਦਾ ਬੱਜ ਗਿਆ, ਬਾਜਾ ਤੇਰਾ ਤਾਂ ਕੱਲ ਦਾ। ਮੈਨੂੰ ਪਤਾ ਲੱਗਿਆ ਇਹ ਦੋਵਾਂ ਨੂੰ ਨੀਂਦ ਨਹੀਂ ਆਈ ਰਾਤ ਨੂੰ। ਇਹ ਘਰ ਵਾਲੀ ਨਿਆਣਿਆਂ ਨੂੰ ਤਾਂ ਨਹੀਂ, ਇਹਨਾਂ ਦੋਵਾਂ ਨੂੰ ਸਾਂਭ ਕੇ ਸੌਂ ਜਾ ਰਾਣਿਆ, ਸੌਂ ਜਾ ਰਾਜਿਆ, ਸੌਂ ਜਾ, ਕਿੱਥੇ ਨੀਂਦ। ਪਹਿਲਾਂ ਤਾਂ ਉਹਨੂੰ ਨਾਲ ਖੜਾ ਕਰਕੇ ਦੱਸਣਾ ਪੈਂਦਾ ਇਹ ਆਵਲਾ ਆਵਲਾ। ਲੋਕ ਵੇਖਦੇ ਤਾਂ ਖਾਣ ਵਾਲਾ ਤਾਂ ਦੇਖਿਆ ਸੀ ਇਹ ਕਦੋਂ, ਇੱਕ ਇਸ ਰੂਪ 'ਚ ਕਦੋਂ ਆ ਗਿਆ ਧਰਤੀ 'ਤੇ। ਉਹਨੂੰ ਨਹੀਂ ਦੇਣੀ ਸੀ ਤਾਂ ਸਾਡੇ ਵਾਲੇ ਸ਼ੇਰੇ ਨੂੰ ਹੀ ਦੇ ਦਿੰਦੇ ਫਿਰ। ਮਹੀਨਾ ਪਹਿਲਾਂ ਤਾਂ ਕਹਿੰਦੇ ਸੀ ਹੀਰਾ ਬੰਦਾ, ਉਹ ਹੀਰੇ 'ਚ ਕਿਹੜਾ ਨੁਕਸ ਪੈ ਗਿਆ, ਕਿਹੜਾ ਫਿਊਜ਼ ਉੱਡ ਗਿਆ ਉਹਦਾ ਜਿਹੜਾ ਹੁਣ ਚੰਗਾ ਨਹੀਂ ਲੱਗਦਾ ਤੁਹਾਨੂੰ। ਮੈਂ MLA ਸਾਹਿਬ ਜਿਹੜੇ ਤੁਸੀਂ ਬਣਾਉਣਾ, ਡਾਕਟਰ ਰਾਜ ਜੀ ਦਾ ਮੁੰਡਾ ਆਇਆ ਮੇਰੇ ਨਾਲ, ਮੈਂ ਇਹਨੂੰ ਆਖਿਆ ਮੈਂ ਬੋਲੇਗਾ, ਇਹ ਵਿਚਾਰਾ ਬੜਾ ਹੀ ਸ਼ਰੀਫ ਚ ਬੰਦਾ, ਡਾਕਟਰ ਰਾਜ ਵੀ ਵਿਚਾਰਾ ਬੜਾ ਸ਼ਰੀਫ ਹੈ ਅਤੇ ਮੁੰਡਾ ਵੀ ਉਹਦੇ ਵਰਗਾ। ਫਿਰ ਮੈਂ ਮਨ 'ਚ ਸੋਚਿਆ ਕਰਾਉਣਾ ਕੀ ਹੈ, ਲੁੱਚੇ ਬੰਦੇ ਤੋਂ ਸ਼ਰੀਫ ਹੀ ਚਾਹੀਦਾ, ਕਿਸੇ MLA ਭਾਲਦੇ ਤੇ ਲੁੱਚਾ ਮਿਲ। ਮੈਂ ਪੁਲਿਸ ਵਾਲੇ ਵੀਰ ਇੱਕ ਮੈਨੂੰ ਮਿਲਿਆ, ਮੈਂ ਕਿਹਾ ਕੀ ਕਰਕੇ ਆ? ਕਹਿੰਦਾ ਜੀ ਅੱਜ ਸਾਡੀ ਡਿਊਟੀ ਸੀ। ਮੈਂ ਕਿਹਾ ਕਿੱਥੇ ਸੀ? ਕਹਿੰਦਾ ਫੁੱਲ ਦੀ ਵਰਖਾ ਕਰਨ ਦੀ। ਮੈਂ ਕਿਹਾ ਕਿਤੇ ਵਰਖਾ ਕਰਦੇ ਸੀ? ਕਹਿੰਦੇ ਮੁੱਖ ਮੰਤਰੀ ਦੀ। ਮੈਂ ਕਿਹਾ ਲੋਕਾਂ ਨੂੰ ਕੀ ਹੋਇਆ ਸੀ? ਕਹਿੰਦਾ ਉਹ ਸਿੱਟਦੇ ਨਹੀਂ ਸੀ ਅਤੇ ਸਾਡੀ ਡਿਊਟੀ ਲੱਗ ਗਈ ਅਤੇ ਤੁਸੀਂ ਸਿੱਟੀ ਜਾਇਓ, ਉੱਥੇ ਕਿਹੜਾ ਪਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਵੱਲੋਂ ਸੂਬੇ ਦੇ ਦੋ ਵਜ਼ੀਰਾਂ ਰਾਣਾ ਗੁਰਮੀਤ ਸੋਢੀ ਅਤੇ ਰਾਜਾ ਵੜਿੰਗ ਨੂੰ ਕੈਪਟਨ ਦੀ ਗੱਡੀ 'ਚ ਨਾ ਬੈਠਣ ਦੇਣ ਦਾ ਮਾਮਲਾ ਇਹਨਾਂ ਦੋਵਾਂ ਵਜ਼ੀਰਾਂ ਦਾ ਆਸਾਨੀ ਨਾਲ ਪਿੱਛਾ ਛੱਡਦਾ ਦਿਖਾਈ ਨਹੀਂ ਦਿੰਦਾ। ਘਟਨਾ ਮੌਕੇ ਬਣਾਈ ਗਈ ਵੀਡੀਓ ਜਿੱਥੇ ਸੋਸ਼ਲ ਮੀਡੀਆ 'ਤੇ ਬੁਰੀ ਤਰ੍ਹਾਂ ਵਾਇਰਲ ਹੋ ਕੇ ਇਹਨਾਂ ਦੋਵਾਂ ਮੰਤਰੀਆਂ ਦੀ ਆਮ ਲੋਕਾਂ 'ਚ ਕਿਰਕਰੀ ਕਰਾ ਰਹੀ ਹੈ, ਉੱਥੇ ਹੀ ਵਜ਼ੀਰਾਂ ਦੀ ਇਸ ਦੁੱਖ ਦੀ ਰਗ 'ਤੇ ਜ਼ੋਰ ਦੀ ਹੱਥ ਰੱਖ ਕੇ ਉਸ ਨੂੰ ਮਸਲਨ ਦਾ ਸਵਾਦ ਲੈਣੋਂ ਅਕਾਲੀ ਆਗੂ ਵਿਕਰਮ ਮਜੀਠੀਆ ਨੇ ਇੱਕ ਵੀ ਮੌਕਾ ਨਹੀਂ ਜਾਣ ਦਿੱਤਾ। ਮਜੀਠੀਆ ਨੇ ਤਾਂ ਇਹਨਾਂ ਦੋਵਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਡੁੱਬ ਕੇ ਮਰ ਜਾਓ, ਤੁਹਾਡੀ ਜਗ੍ਹਾ ਮੈਂ ਹੁੰਦਾ ਤਾਂ ਹੁਣ ਤੱਕ ਕਦੋਂ ਦਾ ਅਸਤੀਫਾ ਦੇ ਦਿੰਦਾ। ਦੱਸ ਦਈਏ ਕਿ ਲੰਘੀ 16 ਅਕਤੂਬਰ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਜਲਾਲਾਬਾਦ ਰੋਡ ਸ਼ੋਅ ਲਈ ਜਾ ਰਹੇ ਗੱਡੀਆਂ ਦੇ ਕਾਫਲੇ ਦੀ ਸਾਹਮਣੇ ਆਈ ਇਸ ਵਾਇਰਲ ਵੀਡੀਓ 'ਚ ਮੁਕਤਸਰ ਦੇ ਪਿੰਡ ਮੋਲਾ 'ਚ ਖੂਬੀ ਰਾਮ ਨੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਅਤੇ ਰਾਜਾ ਵੜਿੰਗ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਗੱਡੀ 'ਚ ਨਹੀਂ ਸੀ ਬੈਠਣ ਦਿੱਤਾ। ਮੌਕੇ 'ਤੇ ਵੀਡੀਓ 'ਚ ਜਿੱਥੇ ਰਾਣਾ ਸੋਢੀ ਖੂਬੀ ਰਾਮ ਦੀਆਂ ਮਿੰਨਤਾਂ ਕਰਦੇ ਦਿਖਾਈ ਦਿੱਤੇ ਸਨ, ਤਾਂ ਉੱਥੇ ਹੀ ਰਾਜਾ ਵੜਿੰਗ ਖੂਬੀ ਰਾਮ ਨਾਲ ਨਾਰਾਜ਼ ਹੋ ਗਏ ਸਨ। ਉਹ ਕੱਲਾ ਵਜ਼ੀਰ ਮੁੱਖ ਮੰਤਰੀ ਦੀ ਗੱਡੀ ਨੂੰ ਹੱਥ ਨਹੀਂ ਲਾ ਸਕਿਆ, ਜਾਂ ਲਾਲ ਧਨ, ਮੈਨੂੰ ਤਾਂ ਲੱਗਦਾ ਸ਼ਰਮ ਆਉਂਦੀ ਹੈ। ਕੀ ਪੱਲੇ ਰਹਿ ਗਿਆ ਕਰਾਣੇ ਸੋਢੀ ਦੇ ਕੱਲ? ਇਹ ਰਾਜਾ ਵੜਿੰਗ, ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲਾ ਕਾਹਦਾ ਰਾਜਾ? ਮੈਂ ਲੱਗਦਾ ਬੱਜ ਗਿਆ, ਬਾਜਾ ਤੇਰਾ ਤਾਂ ਕੱਲ ਦਾ। ਇਹ ਮੈਨੂੰ ਪਤਾ ਲੱਗਿਆ ਇਹ ਦੋਵਾਂ ਨੂੰ ਨੀਂਦ ਨਹੀਂ ਆਈ ਰਾਤ ਨੂੰ। ਇਹ ਘਰ ਵਾਲੀ ਨਿਆਣਿਆਂ ਨੂੰ ਤਾਂ ਨਹੀਂ, ਇਹਨਾਂ ਦੋਵਾਂ ਨੂੰ ਸਾਂਭ ਕੇ ਸੌਂ ਜਾ ਰਾਣਿਆ, ਸੌਂ ਜਾ ਰਾਜਿਆ, ਸੌਂ ਜਾ, ਕਿੱਥੇ ਨੀਂਦ ਆਉਂਦੀ ਸੀ। ਕਹਿੰਦੇ ਮਹਾ ਘੰਟੇ ਲਈ ਸੌਂਦਾ ਸੀਗਾ, ਉਦੋਂ ਹੀ ਲੱਤਾਂ ਮਾਰ ਮਾਰ, ਚੀਕਾਂ ਮਾਰ ਮਾਰ ਫਿਰ ਬੁੜਕ ਕੇ ਖਲੋ ਪੈਂਦਾ ਸੀ। ਹਾਏ ਹੋਏ ਖੂਬੀ ਰਾਮ, ਹਾਏ ਹੋਏ ਖੂਬੀ ਰਾਮ। ਮੇਰੇ ਵੀਰੋ, ਜਿਹੜਾ 2 ਲੱਖ ਵੋਟਰਾਂ ਦਾ ਨੁਮਾਇੰਦਾ ਹੋਵੇ, ਉਹ ਗੱਡੀ ਮੁੱਖ ਮੰਤਰੀ ਦੀ ਗੱਡੀ 'ਚ ਬਹਿ ਨਾ ਸਕਦਾ ਹੋਵੇ, ਅਤੇ ਕਿਤੇ ਸਧਾਰਨ ਬੰਦੇ ਦੀ ਆਵਾਜ਼ ਪਹੁੰਚੂ ਉਸ ਮੁੱਖ ਮੰਤਰੀ ਦੇ? ਮੇਰੇ ਵੀਰੋ, ਬਾਲ ਸਾਹਿਬ ਦੀ ਗੱਡੀ 'ਚ ਨਾ ਸੀਟਾਂ 5 ਹੁੰਦੀਆਂ ਸੀ, 6 ਬੰਦੇ ਵੜ ਜਾਂਦੇ ਸੀ, ਅਤੇ ਹਲੇ ਬਾਪੂ ਕਹਿੰਦਾ ਸੀ ਇਹਨੂੰ ਵੀ ਵਾੜ ਲਾ, ਇਹਨੂੰ ਵੀ ਬਿਠਾ ਲਾ। ਲੋਕ ਲਮਕਦੇ ਫਿਰਦੇ ਸੀ ਉਹ ਬਾਪੂ ਦੀ ਗੱਡੀ ਨਾਲ, ਇੱਥੇ ਕੁਰਸੀਆਂ ਵੀ ਵਿਹਲੀ, ਅਤੇ ਜੇ ਮੰਤਰੀ ਦਾ ਇਹ ਹਾਲ ਹੋ ਗਿਆ ਤਾਂ ਸਧਾਰਨ ਬੰਦੇ ਦਾ ਕੀ ਬਣੂ? ਇਹ ਰਾਜੇ ਆਵਲੇ ਨੇ ਜਿਹਨੇ ਕੀ ਕਰ ਦੇਣਾ? ਕਰਨਾ ਤਾਂ ਕਪਤਾਨ ਨੇ ਨਾ, ਮੁੱਖ ਮੰਤਰੀ ਤਾਂ ਉਹ ਹੈ। 3 ਸਾਲ ਬੀਤ ਗਏ, ਮਗਰਲਿਆਂ 'ਚ 2 'ਚ ਇਹਨਾਂ ਨੇ ਕੀ ਕਰਦੇ? ਤਾਂ ਦਰਸ਼ਨ ਇਕਬਾਲ ਸਾਹਿਬ ਗੱਲ ਸੁਣਾਉਂਦੇ ਹੁੰਦੇ ਸੀ, ਕਿਸੇ ਕੋਲ ਮੱਝ ਸੀ, ਹੱਟੀ ਕੱਟੀ ਵਧੀਆ, ਸਿੰਘ ਪੂੰਛ ਪੂਰੀ, ਲੰਮੀ ਚੌੜਾ ਐਨ ਸਰੀਰ, ਅਤੇ ਕਿਸੇ ਨੇ ਪੁੱਛ ਲਿਆ ਇਹ ਫਿਰ ਦੁੱਧ ਕਿੰਨਾ ਦਿੰਦੀ ਹੈ? ਕਹਿੰਦੇ ਦੁੱਧ ਨਹੀਂ, ਇਹ ਤਾਂ ਦਰਸ਼ਨ ਹੀ ਦਿੰਦੀ। ਸਾਧ ਸੰਗਤ ਜੀ, ਉਹ
ਇੱਕ ਨੌਜਵਾਨ ਦਾ ਵਿਆਹ ਨਹੀਂ ਹੁੰਦਾ ਸੀ, ਉਹਨੂੰ ਕਹਿਤਾ ਤੂੰ ਐਂ ਕਰ, ਕਿਸੇ ਨੇ ਦੱਸ ਪਾਤੀ ਕਿ 7 ਦਿਨ ਨਾ ਤੂੰ ਆ ਘਿਓ ਚੜਾ ਬਾਬੇ ਦੇ, ਅਤੇ ਜੇ ਚੜਾ 7 ਦਿਨ ਬਿਨ ਨਾਗਾ ਘਿਓ ਚੜਾਈ ਗਿਆ ਅਤੇ 8ਵੇਂ ਦਿਨ ਤੇਰਾ ਪੱਕਾ ਰਿਸ਼ਤਾ। ਉਹ ਵੀ ਐਨ ਨੇਮ ਨਾਲ ਰੋਜ਼ ਘਿਓ ਚੜਾਉਂਦਾ ਸੀ, ਸ਼ੌਂਕ ਸੀ ਅਗਲੇ ਨੂੰ। ਇਹ ਤਾਂ ਮੋਤੀ ਚੂਰ ਦਾ ਲੱਡੂ ਆ, ਜਿਹਨੇ ਖਾਧਾ ਉਹ ਵੀ ਔਖਾ, ਜਿਹਨੇ ਨਹੀਂ ਖਾਧਾ ਉਹ ਵੀ ਪਛਤਾਉਂਦਾ। ਮੇਰੇ ਵੀਰੋ ਉਹੀ ਗੱਲ ਹੋਈ, 8ਵੇਂ ਦਿਨ ਆਵਾਜ਼ ਪੈ ਗਈ ਕਿ ਰਾਜੂ ਮੁੜਿਆ। ਉਹ ਪਿੰਡ ਭੱਜਿਆ ਹੀ ਗਿਆ, ਉੱਥੋਂ ਹੀ ਪਤਾ ਲੱਗਿਆ, ਉਹਨੂੰ ਖਬਰ ਮਿਲੀ ਕਿ ਬੇਬੇ ਚੜ੍ਹਾਈ ਕਰ ਗਈ ਆ ਮਾਤਾ। ਉਹ ਕਹਿੰਦਾ ਵਾਹ ਉਹ ਬਾਬਿਆ, ਮੈਨੂੰ ਕੀ ਦੇਣੀ ਸੀ, ਬਾਪੂ ਵਾਲੀ ਵੀ ਖੋਈ। ਇਹ ਜਿਹੜਾ ਕਪਤਾਨ ਇੱਥੇ ਤੁਰਿਆ ਫਿਰਦਾ, ਇਹਨੇ ਤੁਹਾਨੂੰ ਕੀ ਦੇ ਦੇਣਾ ਜਦੋਂ ਰਾਣੇ ਸੋਢੀ ਨਾਲ ਇਹ ਬਣਦੀ ਹੋਵੇ। ਮੈਂ ਤਾਂ ਕਹਿੰਦਾ ਜੇ ਮਾੜੀ ਜੀ ਵੀ ਗੈਰਤਮੰਦ ਬੰਦਾ ਹੋਵੇ, ਮਾੜੀ ਜੀ ਵੀ ਇੱਜ਼ਤ ਪੱਲੇ ਹੋਵੇ ਅਤੇ ਸਵੇਰੇ ਅਸਤੀਫਾ ਦੇ ਕੇ ਆਵੇ, ਇਹ ਜੀ ਵਜ਼ੀਰੀ ਤੋਂ ਕਰਾਉਣਾ ਕੀ ਹੈ ਜੇ ਗੱਡੀ ਥੱਲੇ ਦੇ ਹੀ ਦੇਣਾ ਸੀ ਮੁੱਖ ਮੰਤਰੀ ਨੇ। ਕਰ ਨੌਕਰੀ ਮਿਲੀ, ਮਗਰ ਉਹ ਕੇਵਲ ਮਿਲੀ ਜਾਖੜ ਨੂੰ ਅਤੇ ਜਾਂ ਬੇਅੰਤ ਸਿੰਘ ਦੇ ਪੋਤਰੇ ਨੂੰ। ਇੱਕ ਮੁੰਡਾ ਐਮ ਪੀ ਬਿੱਟੂ ਕਿੱਟੂ ਗੁਰਕੀਰਤ ਕੋਟਲੀ ਐਮ ਐਲ ਏ, ਇੱਕ ਲਿੱਟੂ ਘਰੇ ਪਿਆ ਸੀ, ਉਹਨੂੰ ਚੱਕ ਕੇ ਡਿਪਟੀ ਲਾਤਾ ਅਤੇ ਲੋਕ ਫਾਰਮ ਭਰਦੇ ਰਹਿ ਗਏ। ਮੇਰੇ ਵੀਰੋ ਫਿਰ ਇਹ ਕਿਹਾ ਸੀ ਕਿ ਭਰ ਦਿਓ ਫਾਰਮ, ਇਹ ਮੋਬਾਈਲ ਵੀ ਲੈ ਦਿਆਂਗੇ, ਤੁਹਾਨੂੰ ਮਿਲੇ ਜੀ ਮੋਬਾਈਲ? ਜਿਹਨਾਂ ਜਿਹਨਾਂ ਨੂੰ ਮਿਲ ਗਏ ਮਾੜੇ ਜੇ ਦੱਸਿਓ, ਕਿਤੇ ਬਾਪੂ ਵਾਲੇ ਵੀ ਨਾ ਜਾਂਦੇ ਰਹਿੰਦੇ, ਇਹਨੂੰ ਭੜ ਕੇ ਰੱਖਿਆ ਕਰੋ। ਮੇਰੇ ਵੀਰੋ ਫਿਰ ਕਿਹਾ ਸੀ ਬਾਪੂ ਬਾਦਲ ਤੇ ਪੈਨਸ਼ਨ ਘੱਟ ਦਿੰਦਾ, ਪਾ ਦਿਓ ਵੋਟ 5 ਨੂੰ, 2500 ਮਿਲਿਆ ਕਰੋ। ਮਿਲੀ ਜੀ ਫਿਰ ਕਿਸੇ ਨੂੰ? ਫਿਰ ਜਿਹੜੇ ਕਹਿੰਦੇ ਸੀ ਕਿ ਜਦ ਤੱਕ ਨੌਕਰੀ ਨਹੀਂ 2000 ਰੁਪਈਆ ਬੇਰੁਜ਼ਗਾਰੀ ਭੱਤਾ ਮਿਲੂ, ਉਦੋਂ ਤੱਕ ਮਿਲਿਆ ਜੀ ਕਿਸੇ ਨੂੰ? ਕਿਹੜਾ ਵਾਅਦਾ ਪੂਰਾ ਕੀਤਾ ਹੋਵੇ? ਕੋਈ ਇੱਕ ਵੀ ਕੀਤਾ ਹੋਵੇ ਤਾਂ ਮੈਂ ਕਹਿੰਦਾ ਵੋਟ ਦੇ ਹੱਕਦਾਰ ਬਣ ਗਏ। ਔਰ ਮੇਰੇ ਵੀਰੋ ਇਸ ਹਾਲ ਤੱਕ ਹਾਲਾਤ ਬਣਾ ਤੇ ਕਿ 51,000 ਸ਼ਗਨ ਸਕੀਮ ਦਾ ਵਾਅਦਾ ਕਰਕੇ ਉਹ ਪਹਿਲੀ ਵੀ ਸ਼ਗਨ ਸਕੀਮ ਜਾਂਦੀ ਰਹੀ। ਮਾਮਲਾ ਗੰਭੀਰ ਹੈ ਤੇ ਸਮਾਂ ਵੋਟਾਂ ਦਾ ਹੈ, ਉੱਤੋਂ ਸਿਆਸੀ ਦੁਸ਼ਮਣ ਵਾਰ ਤੇ ਵਾਰ ਕਰ ਰਿਹਾ। ਹੁਣ ਦੇਖਣਾ ਇਹ ਹੋਏਗਾ ਕਿ ਅਜਿਹੇ ਵਿੱਚ ਕੈਪਟਨ ਆਪਣੇ ਵਜ਼ੀਰਾਂ ਦੇ ਇੰਜ ਸ਼ਰੇ ਬਾਜ਼ਾਰ ਡਿੱਗਦੇ ਹੌਸਲਿਆਂ ਨੂੰ ਬੁਲੰਦ ਕਰਨ ਲਈ ਖੂਬੀ ਰਾਮ ਤੇ ਕੋਈ ਐਕਸ਼ਨ ਲੈਂਦੇ ਨੇ ਜਾਂ ਫਿਰ ਆਪਣਿਆਂ ਨੂੰ ਹੀ ਮੂੰਹ ਬੰਦ ਕਰਨ ਦੀ ਸਲਾਹ ਦਿੱਤੀ ਜਾਏਗੀ। ਬਿਊਰੋ ਰਿਪੋਰਟ, ਹਕੀਕਤ ਟੀਵੀ।